भीलवाड़ा थाना सिटी पुलिस की ओर से लूटपाट को अंजाम देने वाले दो नौजवानों को गिरफ्तार कर उनसे 3 मोबाइल एवं 1 चोरी का मोटरसाइकिल बरामद किया गया है। इस संबंध में जानकारी देते हुए SHO अमनदीप लाहर ने बताया कि पकड़े गए नौजवानों की पहचान रवि कुमार पुत्र मोहनलाल, दमनप्रीत दीपा पुत्र चांद हंस वासी कुलथम के रूप में हुई है। एनकाउंटर में भीलवाड़ा से राजेश कुमार की रिपोर्ट। ਹਾਂਜੀ ਸਰ, ਕੀ ਮਾਮਲਾ ਜਿਹੜਾ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ? ਮਾਣਯੋਗ SSP ਸਾਹਿਬ ਕਪੂਰਥਲਾ ਸ਼੍ਰੀ ਨਵਨੀਤ ਸਿੰਘ ਬੈਂਸ IPS ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮਾਣਯੋਗ SP ਸਾਹਿਬ ਫਗਵਾੜਾ ਅਤੇ DSP ਸਾਹਿਬ ਫਗਵਾੜਾ ਜੀ ਦੀ ਯੋਗ ਅਗਵਾਈ ਹੇਠ ਥਾਣਾ ਸਿਟੀ ਫਗਵਾੜਾ ਦੀ ਪੁਲਿਸ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਲੁੱਟਾਂ ਖੋਹਾਂ ਕਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਮਿਤੀ 3/8/2022 ਨੂੰ ਥਾਣਾ ਸਿਟੀ ਵਿਖੇ ਮੁਕੱਦਮਾ ਨੰਬਰ 138/379 ਦਰਜ ਕੀਤਾ ਗਿਆ ਸੀਗਾ, ਜਿਸ ਦੇ ਵਿੱਚ ਅਮਨਪ੍ਰੀਤ ਸਿੰਘ ਉਰਫ ਅਮਨ ਨੇ ਇੱਕ ਸ਼ਿਕਾਇਤ ਕੀਤੀ ਸੀ ਕਿ ਮਾਡਲ ਟਾਊਨ ਦੇ ਨੇੜਿਓਂ 2 ਨੌਜਵਾਨਾਂ ਵੱਲੋਂ ਉਸ ਦਾ ਫੋਨ ਖੋਹ ਕਰਕੇ ਲੈ ਗਏ ਸੀਗੇ। ਜੋ ਇਸ ਦੀ ਤਫਤੀਸ਼ ਕਰਦੇ ਹੋਏ ਅਸੀਂ 2 ਲੜਕੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਦੇ ਨਾਮ ਰਵੀ ਕੁਮਾਰ ਉਰਫ ਰਵੀ ਵਾਸੀ ਮਡਾਲੀ ਅਤੇ ਦਮਨਦੀਪ ਸਿੰਘ ਉਰਫ ਦੀਪਾ ਵਾਸੀ ਕੁਲਥਮ ਦਾ ਰਹਿਣ ਵਾਲਾ ਹੈ, ਜਿਨ੍ਹਾਂ ਨੇ ਹੋਰ ਵੀ 2 ਵਾਰਦਾਤਾਂ ਮੰਨੀਆਂ ਕਿ ਇਹਨਾਂ ਨੇ ਪਿਛਲੇ ਹਫ਼ਤੇ ਦੇ ਦੌਰਾਨ 2 ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀਗਾ, ਜਿਸ ਦੇ ਵਿੱਚ ਇਹਨਾਂ ਨੇ 2 ਮੋਬਾਈਲ ਫੋਨ ਖੋਹੇ ਸੀਗੇ ਅਤੇ ਇਹਨਾਂ ਕੋਲੋਂ ਅਸੀਂ 3 ਟੋਟਲ ਮੋਬਾਈਲ ਫੋਨ ਖੋਹ ਦੇ ਬਰਾਮਦ ਕੀਤੇ ਆ ਅਤੇ 1 ਇਹਨਾਂ ਦੇ ਕੋਲੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ। ਸਰ, ਇਹ ਕਿੱਥੇ ਬਰਾਮਦੀ ਕੀਤੀ ਪਾਈ ਗਈ ਆ? ਇਹਨਾਂ ਨੂੰ ਅਸੀਂ ਦਾਣਾ ਮੰਡੀ ਦੇ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਜੀ।